ਅੱਜ ਦੇ ਦਿਨ ਦਾ ਇਤਿਹਾਸ। ਅੱਜ ਦੇ ਹੀ ਦਿਨ 5 ਸਾਲ ਤੱਕ ਸਰਕਾਰ ਵਿੱਚ ਆਪੋਜੀਸ਼ਨ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਸਾਲ 1878 ਵਿੱਚ ਜੌਨ ਏ ਮੈਕਡੋਨਲਡ ਕੈਨੇਡਾ ਦੇ ਪ੍ਰਧਾਨ ਮੰਤਰੀ ਚੁਣੇ ਗਏ ਸਨ। ਵਿਗਿਆਨਿਕ ਥਾਮਸ ਐਲਵਾ ਐਡੀਸਨ ਨੇ ਸਾਲ 1888 ਵਿੱਚ ਆਪਟੀਕਲ ਫੋਨੋਗ੍ਰਾਫ ਦੇ ਪੇਟੈਂਟ ਲਈ ਅੱਜ ਦੇ ਦਿਨ ਹੀ ਅਪਲਾਈ ਕੀਤਾ ਸੀ। ਅੱਜ ਦੇ ਦਿਨ ਹੀ ਮਸ਼ਹੂਰ ਵਿਗਿਆਨੀ ਐਲਬਰਟ ਆਈਨਸਟੀਨ ਸਾਲ 1933 ਵਿੱਚ ਜਰਮਨ ਤੋਂ ਅਮਰੀਕਾ ਆ ਗਏ ਸਨ। ਸਾਲ 1979 ਵਿੱਚ ਅੱਜ ਹੀ ਮਦਰ ਟੈਰੇਜ਼ਾ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਦੇ ਨਾਲ ਸਨਮਾਨਿਆ ਗਿਆ ਸੀ। ਸਾਲ 2009 ਵਿੱਚ ਅੱਜ ਦੇ ਹੀ ਦਿਨ ਮਾਲਦੀਵ ਨੇ ਪਾਣੀ ਦੇ ਅੰਦਰ ਦੁਨੀਆ ਦੀ ਪਹਿਲੀ ਕੈਬਨਿਟ ਬੈਠਕ ਕਰਕੇ ਸਾਰੇ ਦੇਸ਼ਾਂ ਨੂੰ ਗਲੋਬਲ ਵਾਰਮਿੰਗ ਦੇ ਖਤਰੇ ਤੋਂ ਆਗਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਤਿਹਾਸ ਵਿੱਚ ਕੀਤੀਆਂ ਇਨਸਾਨੀ ਪ੍ਰਾਪਤੀਆਂ ਇਹ ਪ੍ਰੇਰਣਾ ਦਿੰਦੀਆਂ ਨੇ ਕਿ ਅਭਿਆਸ, ਨਿਰੰਤਰ ਕੋਸ਼ਿਸ਼ ਅਤੇ ਆਪਣੇ ਆਪ ਨਾਲ ਮੁਕਾਬਲਾ ਕਰਨ ਨਾਲ ਇਨਸਾਨ ਆਪਣੇ ਆਪ ਤੋਂ ਬਿਹਤਰ ਅਤੇ ਬਿਹਤਰ ਹੁੰਦਾ ਜਾਂਦਾ ਹੈ। ਅੱਜ ਦੇ ਦਿਨ ਦਾ ਇਤਿਹਾਸ ਸਿਰਫ ਪੰਜਾਬ ਮੇਲ USA TV 'ਤੇ।